ਲੰਬਾ ਇੰਤਜ਼ਾਰ ਜੋ ਹੈ ਅਮਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਕਰਨਾ ਪਿਆ ਔਰ ਪਰਿਵਾਰ ਵੱਲੋਂ ਵੀ ਲਗਾਤਾਰ ਮੀਡੀਆ ਦੇ ਜ਼ਰੀਏ ਵੀ ਸਰਕਾਰਾਂ ਤੱਕ ਆਪਣੀ ਜਿਹੜੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਹੱਲੇ ਕਿਉਂਕਿ ਸਵੇਰ ਦਾ ਸਮਾਂ ਹੈ ਤਾਂ ਅਸੀਂ ਇਸ ਵੇਲੇ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਹੀ ਆ ਤਾਂ ਉਹਨਾਂ ਦਾ ਜਿਹੜਾ ਘਰ ਹੈ ਉਸ ਦੇ ਬਾਹਰ ਅਸੀਂ ਇਸ ਵੇਲੇ ਮੌਜੂਦ ਆ ਕਿਉਂਕਿ ਪਰਿਵਾਰ ਜੋ ਹੈ ਮਾਤਾ ਪਿਤਾ ਉਹਨਾਂ ਦੇ ਉਹ ਦਿੱਲੀ ਜੋ ਨੇ ਪਹੁੰਚ ਚੁੱਕੇ ਨੇ ਇਸ ਵੇਲੇ ਦਿੱਲੀ ਦੇ ਵਿੱਚ ਨੇ ਤਾਂ ਕੁਝ ਜਿਹੜੇ ਪਰਿਵਾਰਕ ਮੈਂਬਰ ਦੇ ਉਹ ਜ਼ਰੂਰ ਪਿੰਡ ਦੇ ਵਿੱਚ ਮੌਜੂਦ ਨੇ ਪਰ ਜਿਹੜੇ ਉਹਨਾਂ ਦੇ ਸਮਰਥਕ ਨੇ ਜਿੰਨਾਂ ਤੱਕ ਇਹ ਜਾਣਕਾਰੀ ਜਦੋਂ ਪਹੁੰਚੀ ਕਿ 5 ਜੁਲਾਈ ਨੂੰ ਅਮਰਤਪਾਲ ਸਿੰਘ ਵੱਲੋਂ ਜੋ ਖਡੂਰ ਸਾਹਿਬ ਦੇ ਸੰਸਦ ਯਾਨੀ ਕਿ ਲੋਕ ਸਭਾ ਮੈਂਬਰ ਦੇ ਵਜੋਂ ਹਲਫ ਲਿਆ ਜਾਣਾ ਸੋਚ ਚੁੱਕੀ ਜਾਣੀ ਹੈ ਤਾਂ ਹਰ ਕਿਸੇ ਦੇ ਮਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਵੀ ਔਰ ਹੁਣ ਹਰ ਕੋਈ ਇਹ ਵੀ ਨਾਲ ਦੀ ਨਾਲ ਇੱਕ ਆਸ ਇੱਕ ਉਮੀਦ ਜਿਹੜੀ ਹੈ ਉਹ ਜਾਗਦੀ ਹੋਈ ਉਹਨਾਂ ਦੇ ਸਮਰਥਕਾਂ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਸ਼ਾਇਦ ਹੁਣ ਅਮਰਤਪਾਲ ਸਿੰਘ ਜੋ ਹੈ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਪਰ ਜੇਕਰ ਇਸ ਵੇਲੇ ਦੀ ਮਾਹੌਲ ਦੀ ਮੈਂ ਗੱਲ ਕਰਾਂ ਤਾਂ ਪਰਿਵਾਰ ਦੇ ਜੀ ਜਿਹੜੇ ਨੇ ਉਹ ਜ਼ਿਆਦਾਤਰ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਜਾਣਕਾਰੀ ਦਿੱਤੀ ਕਿ ਉਹ ਦਿੱਲੀ ਦੇ ਵਿੱਚ ਮੌਜੂਦ ਨੇ ਤਾਂ ਦਿੱਲੀ ਦੇ ਵਿੱਚ ਉਹ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਜਾਂ ਨਹੀਂ ਪਰ ਜਿੱਥੋਂ ਤੱਕ ਪਿੰਡ ਦਾ ਸਵਾਲ ਹੈ ਤਾਂ ਇਸ ਵੇਲੇ ਅਸੀਂ ਘਰ ਦੇ ਵਿੱਚ ਹੀ ਮੌਜੂਦ ਆ ਅਕਸਰ ਇੱਥੇ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਪਹਿਲਾਂ ਵੀ ਕਰਦੇ ਰਹੇ ਹਾਂ ਤਾਂ ਅੱਜ ਥੋੜੀ ਦੇਰ ਤੱਕ ਇਹ ਜਾਣਕਾਰੀ ਮਿਲ ਰਹੀ ਹੈ ਕਿ ਅਮਰਤਪਾਲ ਸਿੰਘ ਉਹਨਾਂ ਦੇ ਜਿਹੜੇ ਸਮਰਥਕ ਨੇ ਚਾਹੇ ਉਹ ਤਰਨਤਾਰਨ ਹੋਏ ਗੋਇੰਦਵਾਲ ਜਿੰਨੇ ਵੀ ਹਲਕੇ ਜਿਹੜੇ ਵਿਧਾਨ ਸਭਾ ਖੇਤਰ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਨੇ ਤਾਂ ਉੱਥੋਂ ਜਿਹੜੇ ਸਮਰਥਕ ਨੇ ਉਹ ਪਿੰਡ ਦੇ ਵਿੱਚ ਪਹੁੰਚਣਗੇ ਕਿਉਂਕਿ ਇੱਕ ਖੁਸ਼ੀ ਦਾ ਪਲ ਹੈ ਹਾਲਾਂਕਿ ਭਾਵੁਕ ਹੋਣ ਵਾਲਾ ਵੀ ਪਲ ਹੈ ਕਿਉਂਕਿ ਲੰਬਾ ਇੰਤਜ਼ਾਰ ਕਰਨਾ ਪਿਆ ਔਰ ਜਿਹੜਾ ਸੌਂ ਚੁਕਾਈ ਜਾਣੀ ਹੈ ਤਾਂ ਉਸ ਦੇ ਨਾਲ-ਨਾਲ ਬਹੁਤ ਸਾਰੀਆਂ ਜਿਹੜੀਆਂ ਸ਼ਰਤਾਂ ਨੇ ਉਹ ਵੀ ਰੱਖੀਆਂ ਗਈਆਂ ਨੇ ਕਿਉਂਕਿ ਐਨਐਸਏ ਦੇ ਤਹਿਤ ਅਮਰਤਪਾਲ ਸਿੰਘ ਔਰ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਇਸ ਕਰਕੇ ਬਹੁਤ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਉਹ ਨਾਲ ਦੀ ਨਾਲ ਰੱਖੀਆਂ ਗਈਆਂ ਨੇ ਕਿਉਂਕਿ ਮੀਡੀਆ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਜੋ ਹੈ ਉਹ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ ਵੀਡੀਓਗ੍ਰਾਫੀ ਫੋਟੋਗ੍ਰਾਫੀ ਦੇ ਉੱਤੇ ਵੀ ਪੂਰਨ ਤੌਰ ਤੇ ਪਾਬੰਦੀ ਹੋਏਗੀ ਤਾਂ ਕੁਝ ਦਿਨ ਪਹਿਲਾਂ ਜਿਹੜੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਕਿ ਡਿਬਰੂਗੜ੍ਹ ਜੇਲ੍ਹ ਤੋਂ ਉਹਨਾਂ ਦਾ ਜਿਹੜਾ ਕਾਫਲਾ ਹੈ ਉਹ ਦਿੱਲੀ ਵਾਲੇ ਪਾਸੇ ਨੂੰ ਰਵਾਨਾ ਹੋਇਆ ਹਾਲਾਂਕਿ ਡਿਬਰੂ ਅਸਾਮ ਤੋਂ ਬਾਇਰ ਜੋ ਹੈ ਦਿੱਲੀ ਉਹਨਾਂ ਦਾ ਕਾਫਲਾ ਪਹੁੰਚੇਗਾ ਉਸ ਤੋਂ ਬਾਅਦ ਕਿਸ ਤਰੀਕੇ ਦੀਆਂ ਤਸਵੀਰਾਂ ਦਿੱਲੀ ਦੇ ਵਿੱਚ ਪਹੁੰਚਣ ਤੋਂ ਬਾਅਦ ਨਜ਼ਰ ਆਉਂਦੀਆਂ ਨੇ ਪਰ ਫਿਲਹਾਲ ਪਿੰਡ ਦੇ ਵਿੱਚ ਅਸੀਂ ਕਹਿ ਸਕਦੇ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਮੌਜੂਦ ਨੇ ਤਾਂ ਇੱਥੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਜ ਜਦੋਂ ਉਹਨਾਂ ਦੇ ਸਮਰਥਕ ਇਤੇ ਪਹੁੰਚਣਗੇ ਕਿਸ ਤਰੀਕੇ ਦੇ ਨਾਲ ਉਹ ਇਸ ਪਲ ਨੂੰ ਜੋ ਹੈ ਉਹ ਸੈਲੀਬ੍ਰੇਟ ਕਰਦੇ ਨੇ ਕਿਸ ਤਰੀਕੇ ਦੇ ਨਾਲ ਇਸ ਦੀ ਜਿਹੜੀ ਖੁਸ਼ੀ ਹੈ ਉਹ ਸਾਂਝੀ ਕੀਤੀ ਜਾਂਦੀ ਹੈ ਪਰ ਇੱਕ ਬਹੁਤ ਵੱਡਾ ਔਰ ਬਹੁਤ ਅਹਿਮ ਦਿਨ ਉਹਨਾਂ ਦੇ ਲਈ ਹੈ ਜਿਨ੍ਹਾਂ ਨੇ ਵੱਡੇ ਮਾਰਜਨ ਦੇ ਨਾਲ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿਤਾਇਆ ਤਾਂ ਇਸ ਕਰਕੇ ਅਸੀਂ ਕਹਿ ਸਕਦੇ ਕਿ ਪੂਰੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਜਾਂ ਸਿੱਖ ਵਸਦੇ ਨੇ ਤਾਂ ਹਰ ਕਿਸੇ ਦਾ ਇਸ ਖਬਰ ਦੇ ਉੱਤੇ ਇੱਕ ਇਸ ਵੇਲੇ ਕਹਿ ਸਕਦੇ ਕਿ ਧਿਆਨ ਜੋ ਹੈ ਉਹ ਬਣਿਆ ਹੋਇਆ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਕਿਉਂਕਿ ਬਹੁਤ ਸਾਰੇ ਐਮਪੀ ਬਣਦੇ ਨੇ ਬਹੁਤ ਸਾਰੇ ਹੁਣ ਤੱਕ ਸੋਹਾਂ ਚੁੱਕ ਚੁੱਕੇ ਜਿਹੜੇ ਚੁੱਕਦੇ ਰਹੇ ਨੇ ਔਰ ਬਹੁਤ ਜਿਹੜੇ ਲੋਕ ਸਭਾ ਮੈਂਬਰਾਂ ਦੀਆਂ ਤਸਵੀਰਾਂ ਵੀ ਹੁਣ ਤੱਕ ਅਸੀਂ ਦੇਖਦੇ ਰਹੇ ਹਾਂ ਪਰ ਇਹ ਇੱਕ ਇੱਕ ਜਿੱਥੇ ਅਸੀਂ ਕਹਿ ਸਕਦੇ ਕਿ ਸਮਰਥਕਾਂ ਦੇ ਲਈ ਜਾਂ ਪਰਿਵਾਰ ਦੇ ਲਈ ਭਾਵਕ ਪਲ ਹੈ ਤਾਂ ਉੱਥੇ ਹੀ ਇੱਕ ਇੰਟਰਸਟਿੰਗ ਵੀ ਲੋਕਾਂ ਦੇ ਲਈ ਇਹ ਪਲ ਹੋਏਗਾ ਕਿਉਂਕਿ ਹਰ ਕੋਈ ਇਹ ਜਾਣਨਾ ਚਾਹੁੰਦਾ ਕਿ ਆਖਿਰਕਾਰ ਜੇਕਰ ਇੱਕ ਸ਼ਖਸ ਜੇਲ੍ਹ ਦੇ ਅੰਦਰ ਬੈਠ ਕੇ ਵੱਡੇ ਮਾਰਜਨ ਦੇ ਨਾਲ ਜਿੱਤ ਸਕਦਾ ਤਾਂ ਆਖਿਰਕਾਰ ਉਸ ਨੂੰ ਜੋ ਹੈ ਸੌਚਕਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਲਜਾਇਆ ਜਾਏਗਾ ਹਾਲਾਂਕਿ ਜਿਹੜੀ ਜਾਣਕਾਰੀ ਮਿਲਦੀ ਹੈ ਕਿ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਹੀ ਸੌ ਜਿਹੜੀ ਹੈ ਉਹ ਚੁਕਾਈ ਜਾਣੀ ਹੈ ਜਦਕਿ ਬਾਕੀ ਜਿਹੜੇ ਅ ਲੋਕ ਸਭਾ ਮੈਂਬਰ ਵਕ ਵਕ ਹਲਕਿਆਂ ਤੋਂ ਜਿੱਤੇ ਸੀ ਤਾਂ ਉਹਨਾਂ ਨੇ ਲੋਕ ਸਭਾ ਦੇ ਅੰਦਰ ਸੌ ਚੁੱਕੀ ਸੀ ਬਕਾਇਦਾ ਤੌਰ ਤੇ ਲਾਈਵ ਟੈਲੀਕਾਸਟ ਜਿਹੜਾ ਉਸ ਚੀਜ਼ ਦਾ ਹੋਇਆ ਸੀ ਪਰ ਅਮਰਿਤਪਾਲ ਸਿੰਘ ਜੋ ਹੈ ਚੈਂਬਰ ਦੇ ਵਿੱਚ ਸੌ ਚੁੱਕਣਗੇ ਕਿਸੇ ਤਰ੍ਹਾਂ ਦੀ ਵੀਡੀਓਗ੍ਰਾਫੀ ਫੋਟੋਗ੍ਰਾਫੀ ਜਿਹੜੀ ਹੈ ਉਸ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਪਰਿਵਾਰ ਨੂੰ ਮਿਲਣ ਦਾ ਸਮਾਂ ਜਿਹੜਾ ਉਹ ਜ਼ਰੂਰ ਕਿਹਾ ਜਾ ਰਿਹਾ ਕਿ ਕੁਝ ਸਮਾਂ ਪਰਿਵਾਰ ਨੂੰ ਮਿਲਣ ਦੇ ਲਈ ਦਿੱਤਾ ਜਾਏਗਾ ਪਰ ਉੱਥੇ ਵੀ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਜਾਂ ਕੋਈ ਫੋਟੋ ਜਾਂ ਵੀਡੀਓਗ੍ਰਾਫੀ ਜਿਹੜੀ ਹੈ ਉਹ ਪਰਿਵਾਰ ਨਹੀਂ ਕਰ ਸਕੇਗਾ ਦੂਸਰੇ ਪਾਸੇ ਫਰੂਤ ਫਰੀਦਕੋਟ ਹਲਕੇ ਤੋਂ ਜਿੱਤੇ ਜਿਹੜੇ ਸਰਬਜੀਤ ਸਿੰਘ ਖਾਲਸਾ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਹੀ ਇੱਕ ਤਸਵੀਰ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਸੀ ਕਿ 5 ਜੁਲਾਈ ਨੂੰ ਅਮਰਤਪਾਲ ਸਿੰਘ ਜੋ ਹੈ ਉਹ ਲੋਕ ਸਭਾ ਮੈਂਬਰ ਦੇ ਤੌਰ ਤੇ ਸੌ ਚੱਕਣਗੇ ਤਾਂ ਇੱਕ ਵਾਰ ਮੈਂ ਪਿੰਡ ਦੀ ਵੀ ਤਸਵੀਰ ਦਿਖਾ ਦਿਆਂ ਕਿ ਅਸੀਂ ਇਸ ਵੇਲੇ ਉਹਨਾਂ ਦੇ ਘਰ ਦੇ ਅੰਦਰ ਮੌਜੂਦ ਸੀ ਤਾਂ ਬਾਹਰ ਹੁਣ ਹੌਲੀ ਹੌਲੀ ਜਿੱਦਾਂ ਜਿੱਦਾਂ ਸਮਾਜ ਉਹ ਅੱਗੇ ਵਧੇਗਾ ਤਾਂ ਇਸ ਜਗ੍ਹਾ ਦੇ ਉੱਤੇ ਅਮਰਤਪਾਲ ਸਿੰਘ ਦੇ ਜਿਹੜੇ ਸਮਰਥਕ ਨੇ ਉਹ ਇਕੱਠੇ ਹੁੰਦੇ ਹੋਏ ਨਜ਼ਰ ਆ ਸਕਦੇ ਨੇ ਬਿਲਕੁਲ ਕਿਉਂਕਿ ਬਿਲਕੁਲ ਕਿਉਂਕਿ ਅਮਰਤਪਾਲ ਸਿੰਘ ਵੱਲੋਂ ਜੇਲ੍ਹ ਦੇ ਵਿੱਚ ਹੜਤਾਲ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਜਿਹੜਾ ਖਾਣਾ ਉਹ ਸਹੀ ਢੰਗ ਦੇ ਨਾਲ ਨਹੀਂ ਦਿੱਤਾ ਜਾ ਰਿਹਾ ਹੋਰ ਵੀ ਬਹੁਤ ਸਾਰੇ ਇਲਜ਼ਾਮ ਲਗਾਏ ਗਏ ਸੀ ਤਾਂ ਉਸ ਤੋਂ ਬਾਅਦ ਪਰਿਵਾਰ ਨੂੰ ਇਹ ਇਜਾਜ਼ਤ ਦਿੱਤੀ ਗਈ ਸੀ ਕਿ ਘਰ ਦਾ ਖਾਣਾ ਜਿਹੜਾ ਉਹ ਜੇਲ੍ਹ ਤੱਕ ਉਹਨਾਂ ਦੀ ਪਤਨੀ ਜੋ ਹੈ ਪਹੁੰਚਾ ਸਕਦੀ ਤਾਂ ਅਮਰਤਪਾਲ ਸਿੰਘ ਦੀ ਧਰਮ ਪਤਨੀ ਜੋ ਹੈ ਉਹ ਪਿਛਲੇ ਕਈ ਦਿਨਾਂ ਤੋਂ ਦਿਬਰੂਗੜ੍ਹ ਦੇ ਵਿੱਚ ਹੀ ਮੌਜੂਦ ਨੇ ਅਕਸਰ ਉਹਨਾਂ ਦੇ ਜਿਹੜੇ ਮੁਲਾਕਾਤ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਹੁਣ ਤੱਕ ਦੇਖਦੇ ਰਹੇ ਤਾਂ ਅੱਜ ਉਹ ਵੀ ਦਿੱਲੀ ਪਹੁੰਚੇ ਹੋਏ ਨੇ ਜੋ ਜਾਣਕਾਰੀ ਮਿਲ ਰਹੀ ਹੈ ਤਾਂ ਜਿੱਥੇ ਮਾਤਾ ਪਿਤਾ ਅਮਰਤਪਾਲ ਸਿੰਘ ਦੇ ਉਸ ਤੋਂ ਇਲਾਵਾ ਉਹਨਾਂ ਦੇ ਚਾਚਾ ਜੀ ਤਾਂ ਹੋਰ ਜਿਹੜੇ 4 ਤੋਂ 5 ਪਰਿਵਾਰਕ ਮੈਂਬਰ ਦੱਸਿਆ ਜਾ ਰਿਹਾ ਕਿ ਉੱਥੇ ਪਹੁੰਚੇ ਹੋਏ ਨੇ ਤਾਂ ਉਹ ਅੱਜ ਮੁਲਾਕਾਤ ਕਰਨਗੇ ਇਸ ਤੋਂ ਇਲਾਵਾ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਸੰਸਦ ਨੇ ਤਾਂ ਉਹ ਵੀ ਅੱਜ ਪਰਿਵਾਰ ਦੇ ਨਾਲ ਮੌਜੂਦ ਰਹਿਣਗੇ ਤਾਂ ਜਿਹੜੇ ਇਸ ਵੇਲੇ ਘਰ ਦੇ ਵਿੱਚ ਕੁਝ ਮੈਂਬਰ ਮੌਜੂਦ ਨੇ ਤਾਂ ਉਹ ਕਿਉਂਕਿ ਅਕਸਰ ਜਦੋਂ ਵੀ ਜਿਹੜੀ ਇਸ ਪੂਰੇ ਮਾਮਲੇ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਯਾ ਅਮਰਿਤਪਾਲ ਸਿੰਘ ਦੇ ਪਿਤਾ ਜੀ ਸਰਦਾਰ ਤਰਸੀਮ ਸਿੰਘ ਜਾਂ ਉਹਨਾਂ ਦੇ ਮਾਤਾ ਜੀ ਜਿਹੜੇ ਨੇ ਉਹੀ ਗੱਲ ਕਰਦੇ ਨੇ ਤਾਂ ਇਸ ਕਰਕੇ ਇਸ ਵੇਲੇ ਘਰ ਦੇ ਵਿੱਚ ਕੁਝ ਲੋਕ ਮੌਜੂਦ ਜ਼ਰੂਰ ਨੇ ਪਰ ਕਿਉਂਕਿ ਬਹੁਤ ਗੰਭੀਰ ਇਹ ਮਸਲਾ ਤਾਂ ਇਸ ਕਰਕੇ ਹਰ ਕੋਈ ਇਸ ਬਾਰੇ ਜੋ ਹੈ ਖੁੱਲ ਕੇ ਗੱਲਬਾਤ ਨਹੀਂ ਕਰਦਾ ਪਰ ਥੋੜੀ ਦੇਰ ਬਾਅਦ ਜਦੋਂ ਇੱਥੇ ਉਹਨਾਂ ਦੇ ਸਵਰਥਕ ਪਹੁੰਚਣਗੇ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਜੋ ਹੈ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਨਾਲ ਦੀ ਨਾਲ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਪਾਸੇ ਜਿੱਥੇ ਅਸਾਮ ਤੋਂ ਦਿੱਲੀ ਤੱਕ ਜਿਹੜਾ ਸਫ਼ਰ ਹੈ ਉਹ ਅਬਰਤਪਾਲ ਸਿੰਘ ਤੈਅ ਕਰ ਰਹੇ ਨੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਸੌਹ ਚੁੱਕੀ ਜਾਣੀ ਹੈ ਤਾਂ ਉਸ ਦੇ ਨਾਲ ਨਾਲ ਖਡੂਰ ਸਾਹਿਬ ਹਲਕਾ ਔਰ ਖਾਸ ਤੌਰ ਤੇ ਜਿਹੜਾ ਉਹਨਾਂ ਦਾ ਪਿੰਡ ਹੈ ਜੱਲੂਪੁਰ ਖੇੜਾ ਉੱਥੇ ਕਿਦਾਂ ਦਾ ਮਾਹੌਲ ਰਹਿੰਦਾ ਉਹ ਇੱਕ ਇੱਕ ਤਸਵੀਰ ਅਸੀਂ ਪੂਰਾ ਦਿਨ ਜੋ ਹੈ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੀ ਸਰਬਜੋਤ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਭਾਈ ਅਬਰਤਪਾਲ ਸਿੰਘ ਬਹੁਤ ਸੁਣੀ ਕਿਹਦਾ ਮਾਹੌਲ ਕਿੰਦਾ ਹੈ ਸ਼ੋਰਟ ਦਿਖਾਈ ਜੀ ਇਰਲੀ ਤੋਂ ਮਿੰਟ ਤਾਂ ਭਾਈ ਸਾਹਿਬ ਇਸ ਵੇਲੇ ਤੁਸੀਂ ਘਰ ਦੇ ਵਿੱਚ ਮੌਜੂਦ ਹੋ ਕਿੰਨਾ ਕੁ ਵੱਡਾ ਪਾਲ ਹੈ ਪਰਿਵਾਰ ਦੇ ਲਈ ਔਰ ਉਹਨਾਂ ਸਮਰਥਕਾਂ ਦੇ ਲਈ ਜਿਨ੍ਹਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਇਹ ਕਰਕੇ ਬਹੁਤ ਖੁਸ਼ੀ ਸਾਰਿਆਂ ਨੂੰ ਸਾਰੇ ਇਲਾਕੇ ਨੂੰ ਸਾਰੇ ਪੰਜਾਬ ਨੂੰ ਬਹੁਤ ਖੁਸ਼ੀ ਹੈ ਕਰਕੇ ਜੀ ਹਾਂ ਜੀ ਹੁਣ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਮੀਡੀਆ ਦੇ ਜ਼ਰੀਏ ਕਿ ਕਾਫਲਾ ਜਿਹੜਾ ਉਹ ਦਿੱਲੀ ਦੇ ਲਈ ਰਵਾਨਾ ਹੋਇਆ ਤਾਂ ਇੱਕ ਅਸੀਂ ਕਹਿ ਸਕਦੇ ਕਿ ਉਮੀਦ ਵੀ ਹੁਣ ਜਾਗੀ ਹੈ ਕਿ ਹੁਣ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਵੀ ਆ ਸਕਦੇ ਹੋਣਾ ਚਾਹੀਦਾ ਜੀ ਸਰਕਾਰਾਂ ਨੂੰ ਚਾਹੀਦਾ ਉਹਨਾਂ ਬਾਹਰ ਕੱਢਣਾ ਜੀ ਬਹੁਤ ਮੇਰੇ ਲੋਕਾਂ ਨੂੰ ਹੀ ਬਾਹਰ ਆਉਣ ਤੇ ਨਸ਼ਾ ਛਡਾਉਣ ਲੋਕਾਂ ਦੇ ਅੱਜ ਪਿੰਡ ਦੇ ਵਿੱਚ ਉਹਨਾਂ ਦੇ ਸਵਰਥਕ ਇਕੱਠੇ ਹੋਣਗੇ ਅੱਜ ਕੋਈ ਕਹਿ ਨਹੀਂ ਸਕਦੇ ਕੁਝ ਵੀ ਆ ਵੀ ਸਕਦੇ ਆ ਲਈ ਜਿੰਨਾ ਚਿਰ ਉਧਰੋਂ ਕੋਈ ਅਗੋਂ ਸਪੌਂਸ ਨਹੀਂ ਆਉਂਦਾ ਕੋਈ ਇਹ ਗੱਲ ਹੈ ਮਤਲਬ ਉਹਨਾਂ ਦੇ ਬਾਪੂ ਜੀ ਦੇ ਨਾਲ ਸੰਪਰਕ ਦੇ ਵਿੱਚ ਤੁਸੀਂ ਹਾਂਜੀ ਹਾਂਜੀ ਇਸ ਵੇਲੇ ਕਿਹਾ ਜਾ ਰਿਹਾ ਕਿ ਰਿਕਾਬਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਰੁਕਿਆ ਹੋਇਆ ਪਰਿਵਾਰ ਅੱਜ ਮੁਲਾਕਾਤ ਵੀ ਹੋਣੀ ਹੈ ਤਾਂ ਪਰਿਵਾਰ ਦੇ ਲਈ ਕਿੰਨੀ ਇੱਕ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਜ਼ਿਆਦਾ ਜੀ ਉਹਨਾਂ ਕੋਈ ਮਹਾਰਾਜ ਦੀ ਕਿਰਪਾ ਨਾਲ ਬਹੁਤ ਜਿਆਦੀ ਖੁਸ਼ੀ ਹੈ ਦੱਸ ਨਹੀਂ ਸਕਦਾ ਕੋਈ ਹਾਂਜੀ ਇੱਕ ਉਮੀਦ ਸੀ ਇੱਕ ਇੰਤਜ਼ਾਰ ਸੀ ਲੰਬਾ ਕਿ ਕਦੋਂ ਸੌ ਚੁੱਕਣਗੇ ਪਰ ਆਖਿਰਕਾਰ ਉਹ ਦਿਨ ਆਇਆ ਪਰ ਨਿਯਮ ਸ਼ਰਤਾਂ ਜਿਹੜੀਆਂ ਨੇ ਉਹ ਬਹੁਤ ਰੱਖੀਆਂ ਗਈਆਂ ਉਸ ਚੀਜ਼ ਨੂੰ ਕਿਦਾਂ ਦੇਖਦਾ ਪਰਿਵਾਰ ਬਹੁਤ ਜੋ ਹੈ ਹਾਂ ਸਰਕਾਰ ਦੇ ਨਾਲ ਹਾਂ ਤੇ ਸਰਕਾਰ ਦੇ ਚਲੋ ਜੋ ਨਿਯਮ ਉਹ ਪੂਰੇ ਕਰਾਂਗੇ ਤੇ ਜੋ ਸੰਤ ਦੇ ਆ ਸੰਤ ਨਾ ਤੁਰਾਂਗੇ ਹੀ ਪੈਰਾਂ ਪੈਰ ਕਦਮਾਂ ਕਦਮਾਂ ਰਾ ਕੇ ਹਾਂਜੀ ਸੰਗਤ ਦਾ ਕਿੰਨਾ ਕੁ ਵੱਡਾ ਰੋਲ ਤੁਸੀਂ ਸਮਝਦੇ ਹੋ ਕਿ ਇੱਥੋਂ ਤੱਕ ਭਾਈ ਸਾਹਿਬ ਨੂੰ ਪਹੁੰਚਾਉਣ ਉਹ ਤਾਂ ਬਹੁਤ ਜ਼ਿਆਦਾ ਇਹਨਾਂ ਦੱਸ ਨਹੀਂ ਸਕਦੇ ਉਹਨਾਂ ਦਾ ਸੰਗਤ ਦਾ ਚਾਹੁੰਦੇ ਅਸੀਂ ਨਾ ਰਹੀਏ ਸੱਚ ਸੰਗਤੀ ਕਹਿੰਦੀ ਆ ਤੁਸੀਂ ਇਹਨਾਂ ਨਹੀਂ ਹੋ ਸਕਦਾ ਇਹ ਤੇ ਕੌਣ-ਕੌਣ ਇਸ ਵੇਲੇ ਦਿੱਲੀ ਗਿਆ ਪਰਿਵਾਰ ਵਾਲਾ ਸਾਰਾ ਪਰਿਵਾਰ ਹੀ ਗਿਆ ਜੀ ਹਾਂਜੀ ਜੋ ਜਿਸ ਤਰ੍ਹਾਂ ਇਹ ਉਹਨਾਂ ਦੇ ਰਿਸ਼ਤੇਦਾਰ ਨੇ ਇਹਨਾਂ ਦਾ ਕਹਿਣਾ ਕਿ ਪੂਰਾ ਪਰਿਵਾਰ ਇਸ ਵੇਲੇ ਦਿੱਲੀ ਦੇ ਵਿੱਚ ਮੌਜੂਦ ਹੈ ਹਰ ਕੋਈ ਖੁਸ਼ੀ ਜ਼ਾਹਿਰ ਕਰ ਰਿਹਾ ਤਾਂ ਕੁਝ ਦਿਨ ਬਾਅਦ ਦੇਖਣਾ ਹੋਏਗਾ ਕਿ ਅਮਰਤਪਾਲ ਸਿੰਘ ਦੇ ਸਮਰਥਕ ਜਿਹੜੇ ਦੇ ਉਹ ਪਿੰਡ ਦੇ ਵਿੱਚ ਪਹੁੰਚ ਕੇ ਕਿਸ ਤਰੀਕੇ ਦੇ ਨਾਲ ਇਸ ਪਲ ਨੂੰ ਸੈਲੀਬ੍ਰੇਟ ਕਰਦੇ ਨੇ ਕਿਉਂਕਿ ਇੱਕ ਭਾਵਕ ਪਲ ਵੀ ਹੈ ਕਿਉਂਕਿ ਲੰਬਾ ਇੰਤਜ਼ਾਰ ਜ਼ਰੂਰ ਕਰਨਾ ਪਿਆ ਇਸ ਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਜੇਲ੍ਹ ਦੇ ਅੰਦਰ ਬੈਠ ਕੇ ਇੱਕ ਸ਼ਖਸ ਵੱਡੇ ਮਾਰਜਨ ਦੇ ਨਾਲ ਜਿੱਤਦਾ ਤਾਂ ਇਸ ਦੇ ਵਿੱਚ ਖਡੂਰ ਸਾਹਿਬ ਦੇ ਲੋਕਾਂ ਦੀ ਉੱਥੋਂ ਦੀ ਜਨਤਾ ਦੀ ਇੱਕ ਬਹੁਤ ਵੱਡੀ ਭੂਮਿਕਾ ਹੈ ਤਾਂ ਇਹੀ ਗੱਲ ਭਾਈ ਸਾਹਿਬ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਕਿ ਬਿਲਕੁਲ ਇਹ ਗੱਲ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਭਾਈ ਸਾਹਿਬ ਇੱਕ ਸਵਾਲ ਤੁਹਾਡੇ ਨਾਲ ਕਰਨਾ ਕਿ ਇੱਕ ਬਹੁਤ ਵੱਡਾ ਅੱਜ ਪਾਲਾ ਯਾਦਗਾਰੀ ਅਸੀਂ ਕਹਿ ਸਕਦੇ ਕਿ ਇਹ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ ਕਿ ਇੱਕ ਸ਼ਖਸ ਡੇਲ ਦੇ ਵਿੱਚ ਬੈਠ ਕੇ ਜਿੱਤਦਾ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਪਰ ਕਿਤਨਾ ਕਿਤੇ ਇਸ ਚੀਜ਼ ਦਾ ਮਲਾਲ ਨਹੀਂ ਹੈ ਕਿ ਜਿਸ ਤਰ੍ਹਾਂ ਬਾਕੀ ਐਮਪੀ ਜਿੱਤਣ ਤੋਂ ਬਾਅਦ ਆਪਣੇ ਹਲਕੇ 'ਚ ਸੰਗਤ ਦਾ ਧੰਨਵਾਦ ਕਰਨ ਦੇ ਲਈ ਆਉਂਦੇ ਤਾਂ ਇਹ ਉਸ ਤਰੀਕੇ ਦੇ ਨਾਲ ਨਹੀਂ ਆ ਸਕਦਾ ਹਾਲੇ ਜੋ ਸਰਕਾਰ ਹੈ ਕਹਿ ਸਕਦੇ ਆ ਸਰਕਾਰ ਨੂੰ ਆਉਣਾ ਇੱਕ ਕੰਨਾ ਚਾਹੀਦਾ ਉਹਨਾਂ ਬਾਹਰ ਸੰਗਤ ਟੀਕਾ ਲੰਡਈ ਉਹਨਾਂ ਦੀ ਹਾਰੇ ਥਾਂ ਦੇ ਨਹੀਂ ਸਨਮਾਨਤ ਕਰਨਾ ਚਾਹੁੰਦੀ ਹੈ ਬਲੇ ਚੀਜ਼ ਦੀ ਨਰਾਜ਼ਗੀ ਹੈ ਨਰਾਜ਼ਗੀ ਹੈ ਬਿਲਕੁਲ ਜਿਸ ਤਰ੍ਹਾਂ ਇਹ ਵੀ ਕਹਿ ਰਹੇ ਕਿ ਜਿਸ ਤਰ੍ਹਾਂ ਹਰ ਕੋਈ ਐਮਪੀ ਜਿੱਤਣ ਤੋਂ ਬਾਅਦ ਆਪਣੇ ਹਲਕੇ ਦੇ ਵਿੱਚ ਪਹੁੰਚ ਕੇ ਲੋਕਾਂ ਦਾ ਧੰਨਵਾਦ ਕਰਦਾ ਹੈ ਉਸ ਚੀਜ਼ ਨੂੰ ਖੁਦ ਸੈਲੀਬ੍ਰੇਟ ਕਰਦਾ ਤਾਂ ਉਹ ਅਮਰਤਪਾਲ ਸਿੰਘ ਜੋ ਹੈ ਉਹ ਨਹੀਂ ਕਰ ਸਕਣਗੇ ਉਸ ਚੀਜ਼ ਦੀ ਕਿਤਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਨਰਾਜ਼ਗੀ ਜ਼ਰੂਰ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਵੀ ਦਿਨ ਬਹੁਤ ਜਲਦ ਆਏਗਾ ਜੇਕਰ ਅਮਰਤਪਾਲ ਸਿੰਘ ਚੋਣ ਲੜਨ ਤੋਂ ਬਾਅਦ ਜਿੱਤ ਸਕਦੇ ਨੇ ਉਸ ਤੋਂ ਬਾਅਦ ਅੱਜ ਹਲਫ ਲੈਣਾ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਕਿਉਂਕਿ ਇਹ ਉਹਨਾਂ ਦੇ ਘਰ ਦੇ ਵਿੱਚ ਹੀ ਮੌਜੂਦ ਨੇ ਭਾਈ ਸਾਹਿਬ ਪਰ ਉਹਦਾ ਤਾਂ ਕਹਿਣਾ ਹੈ ਕਿ ਪਿੰਡ ਦੇ ਵਿੱਚ ਫਿਲਹਾਲ ਕੋਈ ਉਹਨਾਂ ਵੱਲੋਂ ਐਸਾ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਗਿਆ ਪਰ ਜੇਕਰ ਸਮਰਥਕ ਜੋ ਨੇ ਉਹ ਆਪ ਮੁਹਾਰੇ ਪਿੰਡ ਦੇ ਵਿੱਚ ਪਹੁੰਚਦੇ ਨੇ ਜੇਕਰ ਉਹ ਇਸ ਪਲ ਨੂੰ ਸੈਲੀਬ੍ਰੇਟ ਕਰਨਾ ਚਾਹਣਗੇ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਵੀ ਉਹਨਾਂ ਦਾ ਸਹਿਯੋਗ ਦੇਵਾਂਗੇ ਕਿਉਂਕਿ ਸੰਗਤ ਜਾਂ ਫਿਰ ਜਿਹੜੀ ਜਨਤਾ ਹੈ ਉਸ ਨੇ ਹੀ ਅਮਰਤਪਾਲ ਸਿੰਘ ਨੂੰ ਇੱਥੋਂ ਤੱਕ ਪਹੁੰਚਾਇਆ ਤਾਂ ਇਸ ਕਰਕੇ ਜੇਕਰ ਖਡੂਰ ਸਾਹਿਬ ਹਲਕੇ ਦੀ ਜਨਤਾ ਇੱਥੇ ਪਹੁੰਚ ਕੇ ਅੱਜ ਦੇ ਇਸ ਦਿਨ ਨੂੰ ਸੈਲੀਬ੍ਰੇਟ ਕਰਨਾ ਚਾਹੇਗੀ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਉਹ ਜ਼ਰੂਰ ਉਹਨਾਂ ਦੇ ਨਾਲ ਸ਼ਮੂਲੀਅਤ ਕਰਾਂਗੇ ਪਰ ਫਿਲਹਾਲ ਪਰਿਵਾਰ ਵੱਲੋਂ ਉਹਨਾਂ ਦਾ ਕਹਿਣਾ ਕਿ ਕਿਉਂਕਿ ਜੋ ਅਮਰਤਪਾਲ ਸਿੰਘ ਦੇ ਪਿਤਾ ਜੀ ਨੇ ਤਰਸੀਮ ਸਿੰਘ ਉਹ ਵੀ ਦਿੱਲੀ ਦੇ ਵਿੱਚ ਨੇ ਉਹਨਾਂ ਦੇ ਮਾਤਾ ਜੀ ਵੀ ਦਿੱਲੀ ਦੇ ਵਿੱਚ ਇਹਦੇ ਪਤਨੀ ਹੋਰ ਪਰਿਵਾਰਕ ਮੈਂਬਰ ਦੇ ਉਹਨਾਂ ਦਾ ਕਹਿਣਾ ਕਿ ਪੂਰਾ ਪਰਿਵਾਰ ਇਸ ਵੇਲੇ ਦਿੱਲੀ ਹੈ ਤਾਂ ਇਸ ਕੇ ਜੇਕਰ ਅਸੀਂ ਹੋਰ ਜਿਹੜੇ ਪਿੰਡ ਦੇ ਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇੱਕ ਬਜ਼ੁਰਗ ਪਿੰਡ ਦੇ ਹੀ ਨੇ ਮਾਤਾ ਜੀ ਕੀ ਕਹਿਣਾ ਚਾਹੋਗੇ ਅੱਜ ਅਮਰਤਪਾਲ ਸਿੰਘ ਕਿਉਂਕਿ ਪਹਿਲਾਂ ਲੋਕਾਂ ਨੂੰ ਇਹ ਸੀ ਕਿ ਉਹ ਜਿੱਤਣਗੇ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਤਾਂ ਅੱਜ ਉਹ ਸੌ ਚੁੱਕਣ ਜਾ ਰਹੇ ਆ ਕੀ ਪਿੰਡ ਦੇ ਵਿੱਚ ਕਿੰਨੀ ਕੁ ਖੁਸ਼ੀ ਹੈ ਇਸ ਗੱਲ ਨੂੰ ਜਿਆਦੀ ਕੀ ਖੁਸ਼ੀ ਪਿੰਡ ਵਿੱਚ ਪਿੰਡੇ ਦਾ ਤਾਂ ਮੈਨੂੰ ਪਤਾ ਨਹੀਂ ਹਾਂ ਨੇ ਤੇ ਬਹੁਤ ਖੁਸ਼ੀ ਆ ਆਪਣੀ ਇੰਨੀਆਂ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਮਾਹੌਲ ਵਧੀਆ ਵੀ ਚਲੋ ਕੱਲ ਦੇ ਗਏ ਉਹਦਾ ਦਾਦੀ ਗਿਆ ਆ ਚਾਚਾ ਜੀ ਗਏ ਆ ਤੇ ਪਤਾ ਨਹੀਂ ਮੰਮੀ ਦਾ ਪਤਾ ਨਹੀਂ ਗਈ ਕਿ ਨਹੀਂ ਅੰਦਰ ਹੀ ਹੋਣੀ ਸਾਰਾ ਪਰਿਵਾਰ ਗਿਆ ਹਾਂ ਸਾਰਾ ਪਰਿਵਾਰ ਗਿਆ ਤੇ ਮਹਾਰਾਜ ਚਲੋ ਆਈਂਦਾਂ ਨੇ ਮਹਾਰਾਜ ਵਧੀਆ ਹੀ ਹੋਵੇ ਕੰਮ ਜਿਹੜਾ ਕਰਨ ਵਾਲਾ ਤੇ ਆਣ ਕੇ ਜਿੱਦਾਂ ਕੰਮ ਅੱਗੇ ਸਵਾਰਦਾ ਹੀ ਲੋਕਾਂ ਦੇ ਹੁਣ ਵੀ ਆਣ ਕੇ ਸਵਾਰੂਗਾ ਸੁਣੂਗਾ ਤਾਂ ਬਾਕੀ ਲੀਡਰ ਜਦੋਂ ਜਿੱਤਦੇ ਆ ਆ ਕੇ ਲੋਕਾਂ ਦਾ ਧੰਨਵਾਦ ਕਰਦੇ ਆ ਪ੍ਰੋਗਰਾਮ ਕੀਤੇ ਜਾਂਦੇ ਆ ਪਰ ਉਹ ਇਸ ਵੇਲੇ ਜੇਲ੍ਹ 'ਚ ਨੇ ਹਾਂਜੀ ਜੇਲ੍ਹ 'ਚ ਹੁਣ ਦਿੱਲੀ ਆ ਹੁਣ ਆਂਦੇ ਆ 14 ਦਾ ਆਂਦੇ ਵਕਤ ਬਾਅਦ ਦਿੱਤਾ ਖਰਕੀਬ ਦਾ ਹਾਂਜੀ 4 ਦਿਨ ਦੇ ਲਈ ਉਹਨਾਂ ਪਰੋਹ ਦਿੱਤੀ ਹੈ ਪਰ ਉਹ ਕਿਤੇ ਬਾਹਰ ਨਹੀਂ ਜਾ ਸਕਣਗੇ ਹੁਣ ਲੱਗਦਾ ਕਿ ਜਲਦੀ ਆਪਣੇ ਜਿੱਦਾਂ ਬਾਕੀ ਲੀਡਰ ਪਿੰਡਾਂ 'ਚ ਜਾ ਕੇ ਲੋਕਾਂ ਦਾ ਧੰਨਵਾਦ ਕਰਦੇ ਨੇ ਉਹ ਵੀ ਆ ਕੇ ਕਰਨਗੇ ਆਨ ਕਰਨਗੇ ਅੱਪੇ ਬਾਪ ਲਿਆਊਗਾ ਪਰਮਾਤਮਾ ਲਿਆਊਗਾ ਉਹ ਜਨੀਦੀ ਸ਼ਤਵਾਲ ਮਹਾਰਾਜ ਲਿਆਊਗਾ ਕਦੇ ਪਰਮਾਤਮਾ ਹੀ ਆਉਣ ਵਾਲਾ ਘਰ ਕੋਈ ਗੱਲ ਨਹੀਂ ਜੇ ਆਹ ਹੁਣ ਅੱਜ ਸੋਚੂਗੀ ਜਾਣੀ ਆ ਇਹਨਾਂ ਜਿੱਤ ਕਰ ਦਿੱਤੀ ਸੰਗਤ ਨੇ ਵੋਟ ਬਾਤੀ ਆ ਪੂਰੇ ਸਭ ਨੂੰ ਵੋਟ ਵੜੀ ਪੈ ਗਈ ਆ ਹਾਂ ਚਲੋ ਸੰਤ ਬਹੁਤ ਵਧੀਆ ਬਹੁਤ ਚਾਹ ਆ ਵੀ ਹਰਦਾ ਬੱਚਾ ਜਿਹੜਾ ਐਮਪੀ ਬਣ ਗਿਆ ਚਲੋ ਆਵੇ ਆਪਣਾ ਘਰ ਨਾਲ ਹੀ ਆ ਜੀ ਜੀ ਮੇਰਾ ਪੋਤਰਾ ਜਿਹੜਾ ਉਹ ਨਾਲ ਹੀ ਰਹਿੰਦਾ ਆ ਉਹਦੀ ਮੰਮੀ ਡੈਡੀ ਹੁੰਦਾ ਮੈਂ ਪਾਸਪੋਰਟ ਨਹੀਂ ਬਣਾਉਣਾ ਮੈਂ ਵੀਰ ਦੇ ਨਾਲ ਹੀ ਆਪੇ ਮੈਨੂੰ ਨੌਕਰੀ ਦਊਗਾ ਵੀਰ ਕੋਈ ਆਣ ਕੇ ਬਾਹਰ ਉੰਜਲੇ ਚੋਂ ਹਾਂ ਮਤਲਬ ਨੌਜਵਾਨਾਂ ਨੂੰ ਇੱਕ ਆਸ ਹੈ ਭਾਈ ਅਮਰੀ ਪੂਰੀ ਆਸ ਹੈ ਕਿ ਨੌਜਵਾਨਾਂ ਨੂੰ ਵੀ ਸਾਨੂੰ ਨੌਕਰੀ ਮਿਲੂਗੀ ਔਰ ਵਧੀਆ ਕੰਮ ਬਹੁਤ ਵਧੀਆ ਤਾਂ ਬਿਲਕੁਲ ਇਹ ਜਿਹੜੇ ਮਾਤਾ ਜੀ ਨੇ ਅਮਰਤਪਾਲ ਸਿੰਘ ਦੇ ਬਿਲਕੁਲ ਸਾਹਮਣੇ ਘਰ ਆਏ ਸੀ ਪਿੰਡਾਂ ਚ ਜਿੱਦਾਂ ਕਹਿ ਦਿੰਨੇ ਕਿ ਗਵਾੜ ਮੱਥਾ ਤਾਂ ਉਹਨਾਂ ਦਾ ਕਹਿਣਾ ਕਿ ਬਚਪਨ ਤੋਂ ਅਸੀਂ ਉਸ ਨੂੰ ਦੇਖਦੇ ਆਏ ਆ ਪਰ ਹੁਣ ਇੱਕ ਵੱਡੀ ਜਿੱਤ ਅਮਰਤਪਾਲ ਸਿੰਘ ਨੇ ਹਾਸਲ ਕੀਤੀ ਹੈ ਤਾਂ ਬਹੁਤ ਜਲਦ ਹੁਣ ਉਹ ਵੀ ਉਮੀਦ ਦੀ ਕਿਰਨ ਜਿਹੜੀ ਨਜ਼ਰ ਆ ਰਹੀ ਹੈ ਕਿ ਬਹੁਤ ਜਲਦ ਉਹ ਜੇਲ੍ਹ ਤੋਂ ਬਾਹਰ ਹੋਣਗੇ ਔਰ ਖਡੂਰ ਸਾਹਿਬ ਹਲਕੇ ਦੀ ਜਨਤਾ ਦਾ ਜਿੱਥੇ ਧੰਨਵਾਦ ਕਰਨਾ ਉਹ ਵੀ ਕਰਨਗੇ ਨਾਲ ਦੀ ਨਾਲ ਜਿਹੜੀ ਇੱਕ ਭੂਮਿਕਾ ਇੱਕ ਐਮਪੀ ਦੀ ਹੁੰਦੀ ਹੈ ਜੋ ਕੰਮ ਉਸਦੇ ਹੁੰਦੇ ਨੇ ਉਹ ਵੀ ਕਰਦੇ ਹੋਏ ਨਜ਼ਰ ਆਉਣਗੇ